ਪਹਿਲੇ ਦੇ ਬਾ ਇਨਕਲਾਬ ਤੋਂ ਪਹਿਲੇ ਬਿਲਕੁਲ ਕੋਈ ਕਿਸੇ ਨੂੰ ਇਹ ਗੱਲ ਦਾ ਹੈ ਹੀ ਨਹੀਂ ਸੀ। ਅੱਛਾ, ਕੋਈ ਫਰਕ ਹੀ ਨਹੀਂ। ਅੱਛਾ, ਕੋਈ ਮਜ਼ਹਬੀ ਲੜਾਈ ਕੋਈ? ਬਾਕੀ ਸਾਡੇ ਪਿੰਡ ਮਹਾਜਨ ਸੀ, ਉੱਥੇ ਖੂਹੀ ਸੀ, ਉੱਥੇ ਪਾਣੀ ਭਰ ਦਿੰਦੇ ਸੀ ਸਿੱਖ ਹਿੰਦੂ ਵਿੱਚ ਸੀ। ਰਹੀਮ, ਅਸਲਾਮੁ ਅਲੈਕਮ, ਸਤਿ ਸ੍ਰੀ ਅਕਾਲ, ਪ੍ਰਣਾਮ। ਯੂਟਿਊਬ ਚੈਨਲ ਪੰਜਾਬ ਰੰਗ ਦੇ ਵਿੱਚ ਤੁਹਾਡੀ ਅਸੀਂ ਮੁਲਾਕਾਤ ਐਸੇ ਬਜ਼ੁਰਗਾਂ ਨਾਲ ਕਰਾਈ ਦੀ ਆ ਜਿਹੜੇ 1947 ਦੀ ਵੰਡ ਦੇ ਵਿੱਚ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ 'ਚ ਬੜੀਆਂ ਮੁਸ਼ਕਲਾਂ ਦੇ ਨਾਲ ਬੜੇ ਅਖਿਆਈਆਂ ਝੱਲ ਕੇ ਅਤੇ ਪਹੁੰਚੇ ਸੀ। ਇਸੇ ਕਿਸਮ ਦੇ ਇੱਕ ਬਜ਼ੁਰਗ ਸਾਡੇ ਨਾਲ ਬੈਠੇ ਹੋਏ ਆ, ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਪਿੱਛੋਂ ਕਿਹੜੇ ਪਿੰਡ ਦੇ ਸੀ ਅਤੇ 1947 ਦੇ ਵਿੱਚ ਕਿਵੇਂ ਦੇ ਹਾਲਾਤਾਂ 'ਚੋਂ ਗੁਜ਼ਰ ਕੇ ਅਤੇ ਇਹ ਲਹਿੰਦੇ ਪੰਜਾਬ 'ਚ ਪਹੁੰਚੇ, ਅਤੇ ਇਹਨਾਂ ਨਾਲ ਗੱਲਬਾਤ ਦਾ ਆਗਾਜ਼ ਕਰਦੇ ਹਾਂ। ਅਸਲਾਮ ਅਲੈਕਮ ਬਾਬਾ ਜੀ। ਬਾਬਾ ਜੀ, ਤੁਹਾਡਾ ਨਾਂ ਕੀ ਆ? ਹਦਾਇਤੁੱਲਾ। ਬਾਬਾ ਜੀ ਹਦਾਇਤੁੱਲਾ ਸਾਹਿਬ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਅਲਾ ਬਖਸ਼। ਅਲਾ ਬਖਸ਼। ਤੇ ਦਾਦਾ ਜੀ ਦਾ? ਦਾਦੇ ਦਾ ਨਾਂ ਸੀ ਸਾਡੇ ਦਾ ਨਬੀ ਬਖਸ਼। ਨਬੀ ਬਖਸ਼। ਇਹ ਬਾਬਾ ਜੀ ਨਬੀ ਆਪਣਾ ਹਦਾਇਤੁੱਲਾ ਸਾਹਿਬ, ਆਪਣੀ ਬਰਾਦਰੀ ਕਿਹੜੀ ਆ? ਮੋਚੀ। ਮੋਚੀ। ਤੇ ਇਸ ਟਾਈਮ ਆਪਾਂ ਕਿੱਥੇ ਬੈਠੇ ਹਾਂ? ਡਿਜਕੋਟ 'ਚ। ਅੱਛਾ, ਇਹ ਜਿਹੜਾ ਡਿਜਕੋਟ ਸ਼ਹਿਰ ਆ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ, ਉੱਥੇ ਤੁਸੀਂ ਰਹਿੰਦੇ ਹੋ? ਠੀਕ ਆ। ਤੇ ਜਦੋਂ 1947 ਦੀ ਵੰਡ ਹੋਈ ਆ, ਉਦੋਂ ਤੁਸੀਂ ਕਿੱਡੇ ਕੁ ਸੀ? 22-23 ਸਾਲ ਦੀ ਉਮਰ ਸੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਜਵਾਨ ਸੀ ਫਿਰ ਤੁਸੀਂ। ਤੇ ਆਪਣਾ ਪਿਛਲਾ ਪਿੰਡ ਕਿਹੜਾ ਸੀ? ਪਿਛਲਾ ਪਿੰਡ ਸੀ ਕਾਲਾ ਗੁਰਾਇਆਂ ਦਾ। ਪਿੰਡ ਦਾ ਨਾਂ ਸੀ ਕਾਲਾ ਗੁਰਾਇਆਂ ਦਾ? ਹਾਂਜੀ। ਅੱਛਾ। ਕਾਲੇ ਤਿੰਨ ਸੀ, ਇੱਕ ਕਾਲਾ ਦੀ ਪੁੱਤਾਂ ਦਾ ਸੀ। ਅੱਛਾ। ਉਹ ਪਰਾਂ ਵਿਆਸਾ 'ਤੇ ਸੀ। ਅੱਛਾ। ਇੱਕ ਕਾਲਾ ਇਹ ਗੁਰਾਇਆਂ ਦਾ ਸੀ। ਅੱਛਾ ਅੱਛਾ। ਤੇ ਇਹ ਜਿਹੜਾ ਪਿੰਡ ਸੀ ਆਪਣਾ ਕਾਲਾ ਗੁਰਾਇਆਂ ਦਾ, ਇਹ ਕਿਹੜੀ ਤਹਿਸੀਲ 'ਚ ਸੀ? ਇਹ ਤਹਿਸੀਲ ਗੁਰਦਾਸਪੁਰ ਹੀ ਸੀ। ਅਤੇ ਜ਼ਿਲ੍ਹਾ? ਜ਼ਿਲ੍ਹਾ ਵੀ ਗੁਰਦਾਸਪੁਰ। ਅੱਛਾ, ਤਹਿਸੀਲ ਵੀ ਗੁਰਦਾਸਪੁਰ ਅਤੇ ਜ਼ਿਲ੍ਹਾ ਵੀ ਗੁਰਦਾਸਪੁਰ। ਅੱਛਾ। ਅਤੇ ਇਹਦੇ ਆਲੇ ਦੁਆਲੇ ਕੋਈ ਪਿੰਡਾਂ ਦੇ ਨਾਂ ਦੱਸੋ? ਪਿੰਡਾਂ ਦੇ ਨਾਲ ਸ਼ਹਿਰ ਕਲਾਨੌਰ ਸੀ, ਮਸ਼ਹੂਰ ਮਰੂਫ ਅਕਬਰ ਬਾਦਸ਼ਾਹ ਦੇ ਵਕਤ ਦਾ ਕਲਾਨੌਰ। ਕਲਾਨੌਰ ਸ਼ਹਿਰ 704 ਮੀਲ ਸੀ। ਅੱਛਾ। ਅਤੇ ਹੋਰ ਜਿੰਨੇ ਪਿੰਡ ਪੁੰਡ ਨਾਂ ਦੱਸੋ ਕੋਈ? ਹੋਰ ਸਾਰੇ ਲਾਗੇ ਸਾਡੇ ਸਵਾਰ, ਪਡਾਰ, ਬੰਗਵਾਣੀ। ਅੱਛਾ। ਇਹ ਪਿੰਡ ਲਾਗੇ ਸੀ। ਠੀਕ ਆ। ਅਤੇ ਇਹ ਜਿਹੜਾ ਆਪਣਾ ਪਿੰਡ ਸੀ ਕਾਲਾ ਗੁਰਾਇਆਂ ਦਾ, ਹਾਂਜੀ, ਅਤੇ ਇਹ ਕਿੱਡਾ ਕੁ ਵੱਡਾ ਪਿੰਡ ਸੀ? ਇਹ ਸਾਰਾ ਇਹਦੇ 3 ਘਰ ਸੀ। ਅੱਛਾ। ਅਸਲ 'ਚ 2 ਹੀ ਘਰ ਸੀ। ਅੱਛਾ। ਮਾਲਕ। ਮਾਲਕ। ਹਾਂ, ਅਤੇ ਬਾਕੀ ਉਹ 3 ਘਰ ਸੀ। ਮਾਲਕ ਇਸ ਤਰ੍ਹਾਂ ਸੀ ਵੀ ਉਹ 65 ਕਮਾ ਜ਼ਮੀਨ ਸਾਡੇ ਮੋਚੀਆਂ ਦੀ ਸੀ, ਮੇਰੇ ਨਾਨਕਿਆਂ ਦੀ। ਅੱਛਾ। ਅਤੇ 65 ਕਮਾ ਉਹ ਗਰਾਏ ਸੀ ਉਹਨਾਂ ਦੀ ਸੀ, ਅਤੇ 2 ਘਰ ਮਾਲਕ ਸੀ। ਅੱਛਾ। ਬਾਕੀ ਉਹ ਉਦੋਂ ਦੀ ਲੈ ਕੇ ਲਈਆਂ। ਨਹੀਂ, ਮੈਂ ਜ਼ਮੀਨਾਂ ਦੀ ਨਹੀਂ ਗੱਲ ਕਰਦਾ, ਵੈਸੇ ਪਿੰਡ ਦੀ ਆਬਾਦੀ ਕਿੰਨੀ? ਆਬਾਦੀ ਬਿਲਕੁਲ ਛੋਟੀ ਸੀ, ਥੋੜ੍ਹੇ ਸੀ, ਥੋੜ੍ਹੇ ਸੀ ਘਰ। ਅਤੇ ਸਾਰੇ ਕੰਮੀ ਕੁੰਮੀ ਪਾ ਕੇ 40 ਘਰ ਸੀ। ਅੱਛਾ। ਸਾਰੇ ਹੀ? ਸਾਰੇ ਕੁੱਲੋ ਸਿੱਖ ਦੇ ਵਿੱਚ, ਮੁਸਲਮਾਨ ਦੇ ਵਿੱਚ। ਅੱਛਾ। ਛੋਟਾ ਕਲਵਾ। ਤੁਸੀਂ ਗੱਲ ਕੀਤੀ ਸਿੱਖਾਂ ਦੀ। ਅੱਛਾ, ਪਿੰਡ ਦੇ ਸਿੱਖ ਵੀ ਰਹਿੰਦੇ ਸੀ? ਹਾਂਜੀ। ਕਿੰਨੇ ਘਰ ਸੀ ਸਿੱਖਾਂ ਦੇ? ਸਿੱਖਾਂ ਦੇ 4 ਘਰ ਸੀ। ਅੱਛਾ। ਤੇ ਹੋਰ ਕਿਹੜੀ ਕਿਹੜੀ ਬਰਾਦਰੀ? 4-5 ਘਰ। ਅੱਛਾ।
ਕਿ ਹੋਰ ਕਿਹੜੀ ਕਿਹੜੀ ਬਰਾਦਰੀ ਸੀ? ਬਸ ਜਾਂ ਉਹ ਸੀ ਜਾਂ ਉੱਥੇ ਵਿਦੇਸ਼ੇ ਸੀ। ਠੀਕ ਆ, ਗਰਾਏ ਦੇ ਵਿਦੇਸ਼ੇ। ਉਹ ਜਿਹੜੇ ਗਰਾਏ ਅਤੇ ਵਿਦੇਸ਼ੇ ਸੀ ਉਹ ਮੁਸਲਮਾਨ? ਮੁਸਲਮਾਨ ਸੀ। ਅੱਛਾ, ਜਿਹੜੇ ਸਿੱਖ ਸੀ ਉਹ ਕਿਹੜੀ ਬਰਾਦਰੀ ਦੇ ਗੋਤ, ਉਹਨਾਂ ਦੀ ਕਿਹੜੀ ਸੀ? ਉਹਨਾਂ ਦੀ ਗੋਤ ਸੀ ਗਰਾਏ ਸੀ। ਅੱਛਾ, ਠੀਕ ਆ। ਅਤੇ ਕੀ ਇੱਕ ਕਲਵਾਰ ਸੀ? ਅੱਛਾ, ਅਤੇ ਉਹ ਦੋ ਘਰ ਸੀ, ਕਲਵਾਰ ਸੀ ਅਤੇ ਇੱਕ ਗਰਾਏ ਸੀ, ਜਿਹੜੇ ਸਿੱਖ ਸੀ। ਹਾਂਜੀ। ਅੱਛਾ, ਅਤੇ ਪਿੰਡ ਦਾ ਲੰਬੜਦਾਰ ਕੌਣ ਸੀ? ਭਗਤੂ। ਸਿੱਖ ਸੀ? ਹਾਂਜੀ। ਅੱਛਾ, ਭਗਤ ਸਿੰਘ। ਅੱਛਾ, ਵਾਹ ਜੀ ਵਾਹ। ਅਤੇ ਬਾਕੀ ਦੂਸਰੇ ਘਰ ਦਾ ਕੀ ਨਾਂ ਸੀ? ਬਾਕੀ ਉਹ ਬਹਾਦਰ ਸਿੰਘ ਸੀ, ਉਹ ਲੁਹਾਰ ਸੀ। ਅੱਛਾ, ਦੋ ਹੀ ਘਰ ਸੀ? ਅਤੇ ਉਹਨਾਂ ਦੇ ਔਲਾਦ ਕਿੰਨੇ ਕਿੰਨੇ ਮੁੰਡੇ ਸੀ, ਕੁੜੀਆਂ? ਔਲਾਦ ਦੇਖੋ ਦੋ ਦੋ ਤਿੰਨ ਤਿੰਨ ਚਾਰ ਚਾਰ ਧੀਆਂ ਪੁੱਤ ਸੀ। ਉਹਨਾਂ ਦੇ ਨਹੀਂ ਨਾਂ ਆਉਂਦੇ ਤੁਹਾਨੂੰ? ਉਹਨਾਂ ਦੇ ਬੱਚਿਆਂ ਦੇ? ਉਹ ਜਿਹੜਾ ਹੈਗਾ ਵਾ ਲੁਹਾਰ, ਉਹਦੇ ਮੁੰਡੇ ਦਾ ਨਾਂ ਸੀ ਗਿਆਨ। ਗਿਆਨ ਸਿੰਘ? ਗਿਆਨ ਸਿੰਘ ਉਹ ਮੇਰਾ ਹਾਣੀ ਸੀ। ਤੁਹਾਡਾ ਬਿੱਲ ਹੀ ਹੋਣਾ? ਹਾਣੀ ਸੀ ਮੇਰਾ, ਉਹਨੂੰ ਜਾਣਨਾ। ਛੋਟਾ ਦਾ ਮੁੰਡਾ ਸੀ, ਉਹਦਾ ਨਾਂ ਸੀ ਅਜੀਤ ਸਿੰਘ। ਅਜੀਤ ਸਿੰਘ? ਅੱਛਾ, ਅਤੇ ਦੂਸਰਿਆਂ ਦੇ ਬੱਚਿਆਂ ਦਾ ਨਹੀਂ ਪਤਾ? ਨਹੀਂ, ਦੋਵੇਂ ਬੱਚੇ ਸੀ ਉਹਦੇ। ਨਹੀਂ, ਦੂਸਰਾ ਜਿਹੜਾ ਸਰਦਾਰ ਸੀ? ਦੂਸਰਾ ਜਿਹੜਾ ਸੀ ਉਹਦਾ ਨਾਂ ਸੀ, ਇੱਕ ਦਾ ਨਾਂ ਸੀ ਅੰਬਰ ਸਿੰਘ, ਮੁੰਡੇ ਉਹਦਾ ਨਾਂ ਨੰਬਰਦਾਰ ਜਿਹੜਾ ਸੀ। ਅੱਛਾ, ਇੱਕ ਦਾ ਨਾਂ ਸੀ ਕੁੰਨਾ। ਵਾਹ ਜੀ ਵਾਹ। ਅਤੇ ਤੁਸੀਂ ਉੱਥੇ ਪੜ੍ਹਦੇ ਰਹੇ ਜੇ? ਹਾਂਜੀ। ਸਕੂਲ ਹੈ ਸੀ ਪਿੰਡ? ਸਕੂਲ ਲਾਗੇ ਸਾਡੇ ਪਿੰਡ ਭੜਾਲ ਸੀ, ਉੱਥੇ ਜਾਂਦੇ ਸਨ। ਕੋਈ ਹੈ ਸੀ ਡੇਢ ਮੀਲ ਰੱਖਾਂ। ਕਿੰਨੀ ਆਪਣਾ ਕਿੰਨੀਆਂ ਜਮਾਤਾਂ ਪੜ੍ਹੇ ਜੇ ਤੁਸੀਂ? ਚਾਰ। ਚਾਰਾਂ ਜਮਾਤਾਂ ਤੱਕ ਉੱਥੇ ਸੀ? ਅੱਛਾ, ਅਤੇ ਬਾਕੀ ਇੱਧਰ ਆਣ ਕੇ ਨਹੀਂ ਮੁੜ ਕੇ ਪੜ੍ਹੇ? ਨਹੀਂ, ਉੱਥੇ ਹੀ ਪੜ੍ਹੀਆਂ ਜਿਹੜੀਆਂ? ਉੱਥੇ ਹੀ ਚਾਰ ਪੜ੍ਹੀਆਂ। ਠੀਕ ਆ, ਅਤੇ ਜਿਹੜੇ ਆਪਣੇ ਬਜ਼ੁਰਗ ਸੀ ਤੁਹਾਡੇ ਵਾਲਾ ਸਾਹਿਬ, ਜਾਂ ਉਹ ਕੀ ਕੰਮ ਕਰਦੇ ਸੀ ਉੱਥੇ? ਉੱਥੇ ਆ ਬਸ ਆਪਣੇ ਵਿੱਚੀਆਂ ਦਾ। ਅੱਛਾ ਅੱਛਾ, ਠੀਕ ਆ, ਸਹੀ। ਅਤੇ 1947 ਤੋਂ ਪਹਿਲਾਂ ਤੁਸੀਂ ਉੱਥੇ ਸਰਦਾਰਾਂ ਦੇ ਨਾਂ ਲਏ, ਹੋਰ ਉਹਨਾਂ ਦੇ ਇਲਾਵਾ ਕੋਈ ਹਿੰਦੂ ਵੀ ਹੈ ਸੀ? ਨਹੀਂ, ਖੱਤਰੀ ਹੈ ਸੀ ਸਾਡੇ ਨਰਿੰਜਣ ਭੰਡਾਰਾਂ ਦੇ ਵਿੱਚ। ਅੱਛਾ, ਮੂਲ ਸੀ। ਅੱਛਾ, ਠੀਕ ਆ। ਉਹ ਸੀ ਸਾਡੇ ਲਾਗੇ ਉਹ ਪਿੰਡ 'ਚ, ਉਹਨਾਂ ਇੱਕ ਪਹਿਲੇ ਲਿਆਂਦਾ ਸੀ ਸਾਈਕਲ। ਸਾਈਕਲ ਹਰਕਲੀਸ? ਜੀ ਜੀ। ਉਹ ਪਹਿਲੇ ਉਦੋਂ ਚੱਲਿਆ ਸੀ, ਲਿਆਇਆ ਸੀ ਚੈਨਾ ਦਾ, ਜਿਹੜਾ ਉਹ ਬੜਾ ਮਾਡਰਨ ਜਿਹਾ ਸਾਈਕਲ ਸੀ। ਦੁਨੀਆਂ ਬੜੀ ਦੂਰ ਦੂਰ ਚੱਲ ਹਰਕਲੀਸ, ਦੁਨੀਆਂ ਦੂਰ ਦੂਰ ਉਹਨੂੰ ਵੇਖਣ ਆਈ ਕਿ ਲੱਤਾਂ ਲੋਹੇ ਦੀਆਂ ਤੇ ਬੰਦੇ ਨੂੰ ਵੇਖ ਕੇ ਭੱਜਿਆ ਜਾਂਦੀਆਂ। ਉਸ ਜ਼ਮਾਨੇ 'ਚ ਨਵਾਂ ਨਵਾਂ ਸਾਈਕਲ ਸੀ, ਕਿਸੇ ਨੇ ਵੇਖਿਆ ਨਹੀਂ? ਵੇਖਿਆ ਨਹੀਂ। ਫਿਰ ਮੁੜ ਕੇ ਲਿਆਇਆ ਰੈਡੀਓ। ਅੱਛਾ, ਫਿਰ ਮੁੜ ਕੇ ਲੋਕਾਂ ਨੂੰ ਉਹ, ਫਿਰ ਦੁਨੀਆਂ ਉਹਦੇ ਕੋਲ ਆਈ ਵੇਖਣ ਕਿ ਇੱਕ ਡੱਬਾ ਜਾ ਉਹਦੇ ਵਿੱਚ ਬੰਦਾ ਬਹਿ ਕੇ ਗੱਲਾਂ ਕਰਦਾ। ਮਤਲਬ ਰਕਬਾ ਕਿੰਨਾ ਸੀ, ਜ਼ਮੀਨ ਕਿੰਨੀ ਸੀ ਪਿੰਡ ਦੀ? ਸਾਡੇ ਪਿੰਡ ਦੀ? ਹਾਂਜੀ, ਤੁਹਾਨੂੰ ਦੱਸਿਆ 65 ਦੋ ਘਰਾਂ, ਦੋ ਘਰਾਂ, ਦੋ ਇੰਨੀ ਇੰਨਾ ਰਕਬਾ ਸੀ, ਛੋਟਾ ਹੀ ਪਿੰਡ ਸੀ, ਬਾਕੀ ਮਾਰੂ ਜ਼ਮੀਨ ਸੀ। ਮਾਰੂ ਇਹ ਜਿਹੜੇ 65 ਘੁਮਾਏ ਨਹਿਰੀ ਸੀ? ਨਹਿਰੀ, ਨਹਿਰ ਦਾ ਪਾਣੀ ਲੱਗਦਾ ਸੀ। ਅੱਛਾ ਅੱਛਾ, ਇਹ ਦੱਸੋ ਤੁਸੀਂ ਸਰਦਾਰਾਂ ਦੇ ਉੱਥੇ ਨਾਂ ਦੱਸੇ, ਮੁਸਲਮਾਨ ਵੀ ਰਹਿੰਦੇ ਸੀ ਤੇ ਸਿੱਖ ਸਰਦਾਰ ਵੀ ਰਹਿੰਦੇ ਸੀ, ਇਹਨਾਂ ਦੇ ਆਪਸ ਵਿੱਚ ਤਲਕਾਤ ਕਿੰਜਦੇ ਸੀ, ਮੇਲ ਜੋਲ ਹੈ ਸੀ ਇਹਨਾਂ ਦਾ, ਦੁਆ ਸਲਾਮ? ਪਹਿਲੇ ਇਨਕਲਾਬ ਤੋਂ ਪਹਿਲੇ ਬਿਲਕੁਲ ਕੋਈ ਕਿਸੇ ਨੂੰ ਗੱਲ ਦਾ ਹੈ ਨਹੀਂ ਸੀ। ਅੱਛਾ, ਕੋਈ ਫਰਕ ਹੀ ਨਹੀਂ। ਅੱਛਾ, ਕੋਈ ਮਜ਼ਹਬੀ ਲੜਾਈ? ਬਾਕੀ ਸਾਡੇ ਪਿੰਡ ਮਸਜਿਦ ਸੀ, ਉੱਥੇ ਖੂਹੀ ਸੀ, ਉੱਥੇ ਪਾਣੀ ਭਰ ਦਿੰਦੇ ਸੀ ਸਿੱਖ ਹਿੰਦੂ ਵੀ ਕਿਸੇ ਨੂੰ। ਅੱਛਾ, ਉਹ ਇੰਨਾ ਪਰਹੇਜ ਨਹੀਂ ਸੀ, ਉੱਥੋਂ ਜੋ ਪਾਣੀ ਕੱਢ ਕਰਕੇ ਪੀਂਦੇ ਸੀ ਉੱਥੋਂ ਅਸੀਂ ਪੀਂਦੇ। ਅੱਛਾ, ਇੱਕ ਦੂਜੇ ਦੇ ਵਿਆਹ ਸ਼ਾਦੀ ਤੇ ਮਰਨ ਖੁਸ਼ੀ ਗਮੀ ਤੇ ਚਲੇ ਜਾਂਦੇ ਸੀ? ਚਲੇ ਜਾਂਦੇ ਸੀ। ਅੱਛਾ, ਠੀਕ ਆ, ਯਾਨੀ ਵਧੀਆ ਤਲਕਾ ਸੀ? ਵਧੀਆ ਤਲਕਾ। ਠੀਕ ਹੋ ਗਿਆ। ਇਹ ਦੱਸੋ ਵੀ ਉਹ ਕਾਲਾ ਗਰਾਇਆਂ ਦੇ ਮਸਜਿਦ ਹੈ ਸੀ ਉੱਥੇ? ਹੈਗੀ ਸੀ, ਕੱਚੀ ਸੀ। ਕੱਚੀ ਸੀ, ਤੇ ਸਿੱਖਾਂ ਦਾ ਗੁਰਦੁਆਰਾ ਵੀ ਹੋਣਾ? ਨਹੀਂ। ਅੱਛਾ, ਨਹੀਂ ਉੱਥੇ ਨਹੀਂ, ਦੋ ਘਰ ਸੀ, ਨਹੀਂ ਬਣਾਇਆ? ਪਰ ਦੂਸਰਾ ਜਿਹੜੇ ਨਾਲ ਦਾ ਪਿੰਡ ਸੀ ਨਾ, ਉੱਥੇ ਹੈ ਸੀ। ਅੱਛਾ, ਤੇ ਕੋਈ ਉੱਥੇ ਮੇਲੇ ਛੇਲੇ? ਮੇਲਾ ਛੇਲਾ ਸਾਡੇ ਪੀਰਾਂ ਦਾ ਲੱਗਦਾ ਸੀ। ਅੱਛਾ, ਪਿੰਡ 'ਚ? ਆਹੋ। ਅੱਛਾ, ਲਾਗੇ ਥੇ ਸੀ, ਐਸ ਬਣੇ ਥੇ ਬਹੁਤ ਵੱਡਾ ਸੀ। ਅੱਛਾ, ਥੇ ਇਸ ਤਰ੍ਹਾਂ ਦੀ ਸੀ, ਕਿਸੇ ਪਿਛਲੇ ਜ਼ਮਾਨੇ ਦਾ ਕੋਈ ਸ਼ਹਿਰ ਗਰਕ ਹੋਇਆ ਸੀ। ਜੀ ਜੀ। ਤੇ ਉਹਦੇ ਉੱਤੇ ਜਿਹੜੇ ਬੰਦੇ ਜੋੜ ਵਾਲੇ ਸੀ, ਉਹ ਐਰੋ ਬੂਝਿਆਂ ਨੂੰ ਫੜ ਫੜ ਕੇ ਉੱਤੇ ਚੜ੍ਹਦੇ ਸੀ। ਅੱਛਾ, ਏਡਾ ਉੱਚਾ ਸੀ ਜੀ ਜੀ, ਕਿਸੇ ਵਕਤ ਦਾ ਜੀ ਜੀ। ਤੇ ਉਹਦੇ ਲਾਗੇ ਇੱਕ ਬੋਰੀ ਸੀ, ਉੱਥੇ ਸਾਡੇ ਮੁਰਸ਼ੇ ਸੀ, ਉਹ ਉੱਥੇ ਉਹਨਾਂ ਨੇ ਰਿਹਾਇਸ਼ ਕਰ ਲਈ। ਅੱਛਾ, ਉਹ ਆ ਗਏ ਸਾਡੇ ਬਾਬਾ ਸਾਹਿਬ, ਤੁਹਾਨੂੰ ਵਿਖਾਉਣਾ, ਉਹ ਪੜ੍ਹਦੇ ਹੁੰਦੇ ਸੀ ਜੀ ਜੀ। ਤੇ ਉਹ ਪੜ੍ਹਦੇ ਆਉਣ ਵਾਲਾ ਰਾਹ ਦੇ ਵਿੱਚ ਕਿਸੇ ਫਕੀਰ ਦੀ ਕੁੱਲੀ ਸੀ,
ਸੀ ਜੀ ਕੁੱਲੀ ਜੀ ਜੀ ਤੇ ਉਹਨਾਂ ਆਖਣਾ ਕਿ ਉਹਨਾਂ ਨੇ ਆਉਣਾ ਜਾਣਾ ਤੇ ਉਹਨਾਂ ਲੰਘਣਾ ਤੇ ਉਹਨਾਂ ਨੇ ਆਖਣਾ ਕਿਸੇ ਦੇ ਹੋ ਜਾਓ ਅੱਛਾ ਸਾਡੇ ਮੁਰਸ਼ਦ ਨੂੰ ਜੀ ਜੀ ਤੇ ਕਿਸੇ ਦੇ ਹੋ ਜਾਓ ਜੀ ਜੀ ਕਹਿ ਅਖੀਰ ਇੱਕ ਦਿਨ ਉਹਨਾਂ ਦਿਲ 'ਚ ਖਿਆਲ ਆਇਆ ਉਹ ਆਖਣ ਲੱਗੇ ਕਿ ਅਸੀਂ ਕਿਤੇ ਹੋ ਜਾਈਏ ਜੀ ਜੀ ਉਹ ਆਖਣ ਲੱਗੇ ਵੀ ਪਾਕਪਟਨ ਚਲੇ ਜਾਓ ਅੱਛਾ ਬਾਬਾ ਫਰੀਦ ਹਾਂ ਬਾਬੇ ਫਰੀਦ ਦੇ ਜੀ ਜੀ ਉਹ ਬਾਬੇ ਫਰੀਦ ਦੇ ਗਏ ਜੀ ਜੀ ਜਿਸ ਉਹ ਗਏ ਸੀ ਉਸ ਵਕਤ ਉੱਥੇ ਉਹ ਬੈਠ ਨਹੀਂ ਸੀ ਕਰਦੇ ਬਾਬਾ ਫਰੀਦ ਦੇ ਜੀ ਜੀ ਆਪਣੀ ਉੱਥੇ ਪਿੱਛੇ ਹੋਏ ਸੀ ਜੀ ਜੀ ਇਹ ਫਿਰ ਚਲੇ ਗਏ ਉੱਥੇ ਅੱਛਾ ਸਾਡੇ ਬਾਬਾ ਸਾਹਿਬ ਜੀ ਜੀ ਮੁਰਸ਼ਦ ਸਾਹਿਬ ਜੀ ਜੀ ਇਹ ਉੱਥੇ ਜੈਸੇ ਗਏ ਉੱਥੇ ਜਾ ਕੇ ਬਾਬੇ ਫਰੀਦ ਦੀ ਢੇਰੀ ਦੇ ਕੋਲ ਜਾ ਕੇ ਬਹਿ ਰਹੇ ਜੀ ਜੀ ਉਹ ਸਾਹਮਣੇ ਬੈਠਾ ਸੀ ਜੀ ਜੀ ਜਿਉਂ ਬੈਠੇ ਜਿਉਂ ਬੈਠੇ ਜੀ ਜੀ ਅਖੀਰ ਉਹ ਆਖਣ ਲੱਗਾ ਵੀ ਹੁਣ ਪਿੱਛੋਂ ਆ ਗਿਆ ਹੁਣ ਗਾਂਵ ਹੀ ਆ ਜਾ ਆਪ ਹੀ ਉਹਨੂੰ ਬਾਗ ਮਾਰ ਲਈ ਬਾਬਾ ਜੀ ਨੇ ਆਹ ਅੱਛਾ ਜਿਹੜੇ ਗੱਦੀ ਨਸ਼ੀਨ ਸੀ ਜੀ ਜੀ ਉਹਨਾਂ ਨੇ ਫਿਰ ਉਹਨਾਂ ਨੂੰ ਬੈਤ ਕਰ ਲਿਆ ਅੱਛਾ ਉਹ ਆਖਣ ਲੱਗੇ ਵੀ ਸਾਨੂੰ ਫਿਰ ਬੈਤ ਕਰਕੇ ਤੇ ਪਿੱਛੀ ਜੇਲ੍ਹ ਲੈ ਗਏ ਉੱਥੇ ਉਹਨਾਂ ਦਾ ਦੀਵਾਨਖਾਨਾ ਸੀ ਬਿੰਦੇ ਖਲੋਂਦੇ ਸੀ ਅੱਛਾ ਉਹ ਫਿਰ ਦੱਸਣਾ ਮੈਂ ਉਹ ਮੁੜ ਕੇ ਉੱਥੇ ਮੰਜੀ ਲਿਖੀ ਜੀ ਜੀ ਅਤੇ ਹੁੱਕਾ ਚੜਿਆ ਅਜੇ ਵੱਡਾ ਸਾਰਾ ਪਾਣੀ ਪਾਇਆ ਅਜੇ ਫੁੱਲ ਉੱਤੇ ਰੱਖਿਆ ਕਿ ਮੈਨੂੰ ਆਖਣ ਲੱਗੇ ਵੀ ਹੁੱਕਾ ਪੀਂਦਾ ਮੈਂ ਨਾ ਪੀਂਦਾ ਨਹੀਂ ਸਾ ਨਾ ਮੈਂ ਮੇਰੇ ਮੂੰਹ ਮੈਂ ਡਰਦਾ ਨਾ ਆਖਾਂ ਪੀਂਦਾ ਤੇ ਨਹੀਂ ਪੀਂਦਾ ਅੱਛਾ ਉਹ ਆਉਂਦੇ ਨੇ ਲੈ ਫਿਰ ਬਹਿ ਹੁੱਕਾ ਚਲਾਓ ਅੱਛਾ ਆਪ ਉਹ ਚਲੇ ਗਏ ਨੇ ਬਸ ਹੁੱਕੇ 'ਚ ਮੈਂ ਬਾਰੀ ਲਾਈ ਆ ਉਹਦੇ ਵਿੱਚ ਹੀ ਫਿਰ ਸਭ ਕੁਝ ਚੱਲਦਾ ਨੇ ਮਿਲ ਗਿਆ ਜੀ ਜੀ ਸਮਝ ਆਈ ਆ ਹਾਂ ਜੀ ਉਹ ਫਿਰ ਉੱਥੋਂ ਪਾਕਪਤਨ ਉਹ ਅਸੀਂ ਜਾਂਦੇ ਰਹੇ ਹਾਂ ਪਾਕਪਤਨ ਉਹ ਹਿੰਦੁਸਤਾਨ ਦੇ ਵਕਤ ਤੋਂ ਵੀ ਪਾਕਪਤਨ ਹੁੰਦੇ ਰਹੇ ਹਾਂ ਠੀਕ ਆ ਇੱਥੇ ਅਤੇ ਉੱਥੇ ਵੀ ਉਹਨਾਂ ਦਾ ਮਤਲਬ ਉਹਨਾਂ ਦਾ ਉਹ ਫਿਰ ਉਹ ਇੱਥੋਂ ਜਿੱਥੇ ਗਏ ਨੇ ਨਾ ਉੱਧਰ ਵਸਣ ਜੀ ਜੀ ਵਸਣ ਜਾ ਕੇ ਜਿੱਥੇ ਗਏ ਤੇ ਉੱਥੇ ਮਰਦਈਆਂ ਦਾ ਪਿੰਡ ਸੀ ਉਹ ਸਾਰਾ ਹੀ ਅੱਛਾ ਉਹਨਾਂ ਦਾ ਅੱਛਾ ਉਹਨਾਂ ਉਹ ਸਾਰਾ ਪਿੰਡ ਉਹਨਾਂ ਦਾ ਦੁਸ਼ਮਣ ਜੀ ਜੀ ਉਸ ਉਹਨਾਂ ਦਾ ਹੋ ਗਿਆ ਕਿਉਂਕਿ ਉਹ ਇਹ ਅਲੇ ਸੁਣੀ ਜਮਾਤ ਸੀ ਰੇਸ ਸੀ ਜੀ ਜੀ ਇਹਨਾਂ ਫਿਰ ਸਾਡੇ ਪਿੰਡ ਗਏ ਉੱਥੇ ਜਾ ਕੇ ਤੇ ਉਹ ਹੀ ਉਹ ਜਿਹੜੇ ਸਿੱਖਾਂ ਦਾ ਮੈਂ ਨਾਂ ਲਿਆ ਨਾ ਹਾਂਜੀ ਜਿਹੜਾ ਬਹਾਦਰ ਸਿੰਘ ਸੀ ਉਹਦੇ ਘਰ ਔਲਾਦ ਨਹੀਂ ਸੀ ਹੁੰਦੀ ਜਿਹੜਾ ਥਾਣੇਦਾਰ ਸੀ ਨਹੀਂ ਨਹੀਂ ਉਹ ਬਹਾਦਰ ਸਿੰਘ ਜਿਹੜਾ ਲੁਹਾਰ ਸੀ ਅੱਛਾ ਅੱਛਾ ਜਿਹੜਾ ਤੁਹਾਡੇ ਪਿੰਡ ਵਾਲਾ ਸੀ ਪਿੰਡ ਵਾਲਾ ਸੀ ਅੱਛਾ ਇਹਨਾਂ ਫਿਰ ਉਹਦਾ ਕੋ ਅੱਲਾ ਅੱਲਾ ਕੀਤਾ ਹਾਂਜੀ ਅਤੇ ਅੱਲਾ ਨੇ ਉਹਨੂੰ ਪੁੱਜ ਦਿੱਤਾ ਅੱਛਾ ਉਹ ਜੀਤ ਵੱਡਾ ਜੀ ਜੀ ਅੱਛਾ ਜੇ ਉਹ ਪੁੱਜ ਦਿੱਤਾ ਕਿ ਹੁਣ ਫਿਰ ਇਹ ਕੰਮ ਕੀਤਾ ਵੀ ਇੱਥੇ ਦੇ ਨਾਲ ਜ਼ਮੀਨ ਸੀ ਇੱਕ ਕਿੱਲਾ ਜੀ ਜੀ ਹੁਣ ਹੋਰ ਕੋਈ ਨਹੀਂ ਦਿੱਤਾ ਉਹ ਕਿੱਲਾ ਇਹਨਾਂ ਦੇ ਨਾਲ ਜ਼ਮੀਨ ਹੀ ਕਰਾ ਦਿੱਤੀ ਅੱਛਾ ਪਿੰਡ ਦੇ ਵਿੱਚ ਪਿੰਡ ਦੇ ਨਾਲ ਛੇ ਦੇ ਨਾਲ ਸੀ ਠੀਕ ਆ ਮੁੜ ਕੇ ਭਗਤੂ ਜਿਹੜਾ ਉਹਦੇ ਘਰ ਵੀ ਇਲਾਜ ਨਹੀਂ ਸੀ ਹੁੰਦੀ ਉਹਦੇ ਵੀ ਅਲੱਲਾ ਕੀਤਾ ਉਹਨੂੰ ਉਹਦੇ ਘਰ ਵੀ ਇਲਾਜ ਹੋਣ ਡਿਆ ਸੀ ਅਤੇ ਨਾਲ ਇੱਕ ਉਹਦਾ ਕਿੱਲਾ ਸੀ ਉਹ ਦੂਸਰਾ ਕਿੱਲਾ ਹੁਣ ਜ਼ਮੀਨ ਦਾ ਦੇ ਦਿੱਤਾ ਭਗਤੂ ਨੇ ਦੇ ਦਿੱਤਾ ਹਾਂ ਨਾ ਹੀ ਲਵਾਤਾ ਅੱਛਾ ਉਹ ਫਿਰ ਜਿੱਥੇ ਨਾਂ ਲਾਤਾ ਤਾਂ ਉੱਥੇ ਫਿਰ ਇਹਨਾਂ ਨੇ ਰਿਹਾਇਸ਼ ਕਰ ਲਈ ਜੀ ਜੀ ਸਾਡੇ ਮੁਰਸ਼ਦ ਸਾਹਿਬ ਨੇ ਹਾਂਜੀ ਉੱਥੇ ਹੁਣ ਰਹਿਣਾ ਰਾਤ ਪਿੰਡ ਚਲੇ ਜਾਣਾ ਦਿਨੇ ਉੱਥੇ ਆ ਜਾਣਾ ਠੀਕ ਉੱਥੇ ਆਣ ਕੇ ਫਿਰ ਮੇਰਾ ਵਾਲਦ ਅਤੇ ਮੇਰਾ ਇੱਕ ਮਾਮਾ ਸੀ ਇਹਨਾਂ ਨੇ ਫਿਰ ਉਹਦਾ ਬਗੀਚਾ ਉੱਥੇ ਤਿਆਰ ਕੀਤਾ ਖੂਹਾ ਲਾਇਆ ਵਿੱਚ ਉੱਥੇ ਫਿਰ ਚਾਰ ਸਵੇਰੇ ਬੇਰੀਆਂ ਗੁਲਾਬ ਕਲੀ ਜੀ ਜੀ ਆ ਬੱਗੂ ਗੋਸ਼ਾ ਹਾਂਜੀ ਫਲ ਫਿਰ ਜਿਹੜੇ ਸੀ ਆੜੂ ਵਗੈਰਾ ਇਹ ਜਿਹੜੇ ਉਹ ਤਿਆਰ ਕੀਤੇ ਉਹ ਬਗੀਚਾ 'ਚ ਉੱਥੇ ਫਿਰ ਉਹਨਾਂ ਦਾ ਮੇਲਾ ਸਾਲ ਭਰ 14 ਜੇਠ ਵੀ ਉਰਸ ਹੁੰਦਾ ਸੀ ਵਾਹ ਜੀ ਵਾਹ ਉਹ ਮੇਲਾ ਕਰਾਉਂਦੇ ਅਤੇ ਜਦੋਂ 1947 ਤੋਂ ਪਹਿਲਾਂ ਤੁਹਾਡੇ ਵਾਲਾ ਜ਼ਿੰਦਾ ਸੀ ਜ਼ਿੰਦਾ ਸੀ ਇੱਧਰ ਆਣ ਕੇ ਫੌਜ ਹੋਏ ਨੇ ਵਾਹ ਜੀ ਵਾਹ ਅੱਛੇ ਬੂੜੇ ਇਹ ਫੋਟੋ ਆ ਸਾਡੇ ਮੁਰਸ਼ਿਆਂ ਦੀ ਸੂਫੀ ਖੁਆਇਆ ਇਹਨਾਂ ਨੇ ਫਕੀਰ ਵਾਲੇ ਮਣਕਣੇ ਨਹੀਂ ਪਾਏ ਅੱਛਾ ਆ ਨਾਲ ਜਿਹੜਾ ਭਾਰਾ ਜਿਹਾ ਉਹ ਗੱਡੀ ਨਸ਼ੀਨ ਸੀ ਪੀਰ ਭਾਈ ਸਾਡਾ ਗਾਂ ਅੱਗੇ ਤੀਸਰਾ ਜਿਹੜਾ ਉਹ ਸਾਡੇ ਪੀਰ ਸਾਹਿਬ ਫੌਜ ਹੋ ਗਏ ਪੀਰ ਭਾਜੀ ਫੌਜ ਹੋ ਗਿਆ ਅਤੇ ਗਾਂ ਫਿਰ ਉਹਦਾ ਮੁੰਡਾ ਫਿਰ ਉਹ ਗੱਡੀ ਨਸ਼ੀਨ ਸੀ ਪੀਰ ਫੌਜ ਹੋ ਗਿਆ ਉਹ ਗੈਰੀ 95 ਅਨੇ ਪੱਕੇ ਸਟੇਸ਼ਨ ਦੇ ਕੋਲ ਹਾਂਜੀ ਹਾਂਜੀ ਹੁਣ ਉੱਥੇ ਉਹ ਸੁਣਦਾ ਹੋਣਾ ਅੱਛਾ ਅੱਛਾ ਚਲੋ ਇਹ ਅਸੀਂ ਗੱਲਬਾਤ ਤੁਹਾਨੂੰ ਪੁੱਛ ਲਈ ਹੁਣ ਸਾਨੂੰ ਥੋੜ੍ਹਾ ਜਿਹਾ ਨਾ ਉਹ ਇਹ ਦੱਸੋ ਵੀ ਉਸ ਦੌਰ 'ਚ ਵਿਆਹ ਸ਼ਾਦੀ ਵੀ ਕੋਈ ਵੇਖਿਆ ਹਿੰਦੁਸਤਾਨ ਦੇ ਵਿੱਚ ਵਿਆਹ ਸ਼ਾਦੀ ਕੋਈ ਵੇਖਿਆ ਵਿਆਹ ਸ਼ਾਦੀਆਂ ਹੁੰਦੀਆਂ ਸੀ ਤੁਹਾਡੀ ਉੱਥੇ ਹੋਈ ਸੀਗੀ ਇੱਧਰ ਆਣ ਕੇ ਸ਼ਾਦੀ ਅੱਛਾ ਉੱਧਰ ਜਿਹੜੇ ਵਿਆਹ ਹੁੰਦੇ ਸੀ ਉਹ ਕਿਵੇਂ ਹੁੰਦੇ ਸੀ ਥੋੜ੍ਹਾ ਜਿਹਾ ਇਸ ਬਾਰੇ ਵੀ ਸਾਨੂੰ ਦੱਸੋ ਸ਼ਾਦੀਆਂ ਉਹਦੇ ਰਿਸ਼ਤੇ ਹੁੰਦੀਆਂ ਸੀ ਭਾਈ ਨਾ ਆ ਮੋਟਰਾਂ ਮਾਟਰਾਂ ਉਹਦਾ ਬੜਾ ਕੋਈ ਸ਼ਾਇਦ ਨਹੀਂ ਸੀ ਇੱਧਰ ਵੇਖੋ ਜ਼ਰਾ ਸਾਹਮਣੇ ਵੇਖ ਇਹਦੇ ਹੱਲ ਆ ਹੁੰਦਾ ਸੀ ਵੀ ਜ਼ਿਮੀਂਦਾਰ ਜਿਹੜੇ ਸੀ ਘੋੜੀਆਂ ਰੱਖੀਆਂ ਹੁੰਦੀਆਂ ਸੀ ਜੀ ਜੀ ਅਤੇ ਉਹਨਾਂ ਨੇ ਫਿਰ ਘੋੜੀਆਂ ਉਹਦੇ ਦੀ ਮੰਗਣੀਆਂ ਅਤੇ ਉਹਦੇ ਉੱਥੇ ਜੰਗਾਂ ਜਾਣੀਆਂ ਜਾਂ ਪੈਦਲ ਤੁਰ ਕੇ ਜਾਓ ਜੀ ਜੀ ਬਸ ਇਹ ਸਾਲ ਅੱਛਾ ਅਤੇ ਬਰਾਤ ਕਿੰਨੇ ਦਿਨ ਰਹਿੰਦੀ ਸੀ ਬਰਾਤ ਰੱਖਦੇ ਸੀ ਬਰਾਤ ਬਰਾਤਾਂ ਰਾਤ ਰਹਿੰਦੀਆਂ ਸੀ ਅੱਛਾ ਯਾਨੀ ਸ਼ਾਮ ਨੂੰ ਪਹੁੰਚ ਜਾਣਾ ਰਾਤ ਉੱਥੇ ਰਹਿਣਾ ਪਿਛਲੇ ਟਾਈਮ ਟਿਕਾ ਕਰ ਦੇਣਾ ਜੀ ਜੀ ਰਾਤ ਰਾਤ ਉੱਥੇ ਰਹਿਣਾ ਸੁਬਾਹ ਦੀ ਰੋਟੀ ਖਾ ਕੇ ਗੁਜ਼ਰਿਆ ਅੱਛਾ ਸਾਰਾ ਦਿਨ ਉਹਨੂੰ ਕੋਈ ਰਿਵਾਜ਼ ਨਹੀਂ ਸੀ
ਠੀਕ ਆ, ਯਾਨੀ ਸਾਧਨ ਚ ਬਰਾਤ ਮੁੜਨ ਵਾਲਾ ਰਿਵਾਜ ਨਹੀਂ ਸੀ, ਰਾਤ ਰਹਿੰਦੇ ਦੋ ਦੋ ਦਿਨ ਹੀ ਗਈਆਂ ਲੋਕ ਰੱਖ ਦਿੰਦੇ ਸੀ, ਕਿਉਂਕਿ ਲਾਗੇ ਛਾਗੇ ਕੋਈ ਉਧਰ ਦੀ ਭਰਾ ਬਰਾਦਰ ਉਹਨਾਂ ਨੇ ਬਾਹਰ ਦੀ ਕੰਧ ਸਾਡੀ ਸੀ ਜੀ, ਨਾਲ ਲੱਗਦੀ, ਬਾਕੀ ਆਸ ਬਣੇ ਛੱਪੜ ਸੀ ਬੜਾ ਭਾਰਾ। ਸਹੀ ਆ, ਤੇ ਹੁਣ ਇਹ ਗੱਲ ਦੱਸੋ, ਫਿਰ ਆ ਗਿਆ ਇਨਕਲਾਬ 1947। ਹਾਂਜੀ, ਤੁਹਾਨੂੰ ਕਿਵੇਂ ਪਤਾ ਲੱਗਾ ਜੀ ਹੁਣ ਇਹ ਮੁਲਕ ਅਲਹਿਦਾ ਅਲਹਿਦਾ ਹੋ ਗਏ ਆ ਤੇ ਸਾਨੂੰ ਇੱਥੋਂ ਜਾਣਾ ਪੈਣਾ? ਕਿਵੇਂ ਪਤਾ ਲੱਗਾ? ਪਹਿਲੇ ਜੇ 5-6 ਦਿਨ ਹੁੰਦਾ ਰਿਹਾ ਤੇ ਸਾਰੇ ਜਿਹੜੇ ਸਿੱਖ ਸੀ ਨਾ ਜੀ ਜੀ, ਉਹ ਕਾਰੋਬਾਰ ਛੱਡ ਬੈਠੇ ਸੀ। ਅੱਛਾ, ਭਈ ਇਹ ਪਾਕਿਸਤਾਨ ਆ ਗੁਰਦਾਸਪੁਰ। ਅੱਛਾ, ਪਾਕਿਸਤਾਨ 'ਚ ਆ ਗਿਆ ਸੀ ਨਾ ਉਹ, ਪਹਿਲੇ ਬੋਲਦਾ ਰਿਹਾ ਨਾ ਜੀ। ਹਾਂ ਜੀ। ਅੱਛਾ, ਉਸ ਤੋਂ ਬਾਅਦ ਫਿਰ ਉਹ ਵਿਚਾਰੇ ਹਾਲ ਪੈ ਛੱਡ ਕੇ ਬੁਰਾ ਹਾਲ ਮੰਡੇ ਦੇ ਆਏ ਉਹਨਾਂ ਦੇ, ਫਿਕਰਮੰਦ ਹੋ ਗਏ, ਫਿਕਰਮੰਦ ਹੋ ਗਏ ਵੀ ਇਹ ਤੇ ਪਾਕਿਸਤਾਨ ਬਣ ਗਿਆ, ਚਲੇ ਜਾਣਾ। ਮੁੜ ਕੇ ਫਿਰ ਜਿਸ ਵਕਤ ਹਿੰਦੁਸਤਾਨ ਹੋ ਗਿਆ, ਅੱਛਾ, ਮੁੜ ਕੇ ਫਿਰ ਸਾਨੂੰ ਭਾਜਣਾ ਪੈ ਗਈ। ਅੱਛਾ, ਸਹੀ ਹੈ। ਤੇ ਤੁਸੀਂ ਇਹ ਗੱਲ ਦੱਸੋ, ਫਿਰ ਉੱਥੋਂ ਤੁਹਾਨੂੰ ਪਤਾ ਲੱਗ ਗਿਆ? ਹਾਂਜੀ, ਵੀ ਇਹ ਸਾਡਾ ਜ਼ਿਲ੍ਹਾ ਜਿਹੜਾ ਇਹ ਹੁਣ ਪਾਕਿਸਤਾਨ 'ਚ ਨਹੀਂ ਰਿਹਾ, ਹਿੰਦੁਸਤਾਨ 'ਚ ਆ ਗਿਆ ਗੁਰਦਾਸਪੁਰ। ਹਾਂਜੀ, ਤੇ ਸਾਨੂੰ ਇੱਥੋਂ ਜਾਣਾ ਪੈਣਾ, ਇਹ ਰੇਡੀਓ ਤੋਂ ਪਤਾ ਲੱਗਾ ਜਾਂ ਕਿਵੇਂ ਪਤਾ ਲੱਗਾ? ਅੱਛਾ, ਆਮ ਜੀ ਫਿਰ ਆਮ ਗੱਲ ਖਿਲਰ ਗਈ ਕਿ? ਅੱਛਾ, ਠੀਕ ਆ, ਯਾਨੀ ਆਮ ਗੱਲ ਖਿਲਰ ਗਈ ਵੀ ਇਹ ਗੁਰਦਾਸਪੁਰ ਜਿਹੜਾ ਹਿੰਦੁਸਤਾਨ 'ਚ ਆ ਗਿਆ ਤੇ ਮੁਸਲਮਾਨਾਂ ਨੂੰ ਉੱਥੋਂ ਨਿਕਲਣਾ ਪੈਣਾ। ਨਿਕਲਣਾ? ਅੱਛਾ, ਲੋਕ ਪਿੰਡ ਲੈ ਗਏ ਨਾ ਮੁਸਲਮਾਨ ਵਿਹਲੇ ਕਰਕੇ ਨਿਕਲਣਾ। ਅੱਛਾ ਅੱਛਾ, ਤੁਹਾਨੂੰ ਵੀ ਪਤਾ ਲੱਗ ਗਿਆ। ਹਾਂ ਬਸ, ਤੇ ਫਿਰ ਉੱਥੋਂ ਤੁਸੀਂ ਕਿਵੇਂ ਨਿਕਲੇ, ਸਾਰੀ ਗੱਲ ਦੱਸੋ ਕਿਵੇਂ ਨਿਕਲੇ? ਸਾਡੇ ਵੀ ਉੱਥੇ ਮੁਆਹਦਾ ਹੋ ਗਿਆ ਸੀ। ਅੱਛਾ, ਇਹ ਇਨਕਲਾਬ ਦੇ ਵਿੱਚ ਹੀ। ਅੱਛਾ, ਸਿੱਖਾਂ ਦਾ ਤੇ ਮੁਸਲਮਾਨਾਂ ਦਾ? ਅੱਛਾ, ਸਿੱਖਾਂ ਨੇ ਗਊਆਂ ਦੇ ਪਿੰਡਾਂ ਦੇ ਹੱਥ ਰੱਖ ਦਿੱਤੇ। ਅੱਛਾ, ਭਾਈ ਕੋਈ ਬਾਹਰੋਂ ਤੁਹਾਡੇ ਨਾਲ ਸਾਜਿਸ਼ ਹੋਵੇ ਜੀ ਜੀ, ਅਸੀਂ ਰੋਕਾਂਗੇ। ਠੀਕ ਆ। ਅਗਰ ਕੋਈ ਤੁਹਾਡੇ ਤੇ ਹਮਲਾ ਕਰੇ ਸਿੱਖ, ਅਸੀਂ ਰੋਕਾਂਗੇ। ਅੱਛਾ, ਤੇ ਮੁਸਲਮਾਨਾਂ ਨੇ ਆਪਣੇ ਕੁਰਾਨ ਤੇ ਹੱਥ ਰੱਖ ਕੇ ਵੀ ਅਗਰ ਮੁਸਲਮਾਨ ਜ਼ਿਆਦਤੀ ਕਰਨ ਤੇ ਅਸੀਂ ਰੋਕਾਂਗੇ। ਠੀਕ, ਤੇ ਪਿੰਡ ਦਾ ਮੁਆਹਦਾ ਹੋ ਗਿਆ। ਠੀਕ ਹੋ ਗਿਆ, ਜਿੱਥੇ ਮੁਆਹਦਾ ਹੋ ਗਿਆ ਸਾਡੇ ਲਾਗੋ ਸ਼ਾਗੋ ਲੋਕ ਜਿਹੜੇ ਨਾ ਉੱਠ ਕੇ ਤੁਰ ਪਏ ਜੀ ਜੀ, ਅਸੀਂ ਅਜੇ ਉੱਠੇ। ਠੀਕ ਆ, ਅਸੀਂ ਉਹ ਬੈਠੇ ਰਹੇ, ਉਹ ਜਿੱਥੇ ਉਹਨਾਂ ਦਾ ਸਿੱਖਾਂ ਦੇ ਜਸੇ ਆਉਣੇ ਜੀ ਜੀ, ਤੇ ਅਸਾਂ ਉਹਨਾਂ ਦੇ ਅੰਦਰ ਹੀ ਵੜ ਜਾਣਾ ਸਿੱਖਾਂ ਦੇ, ਸਿੱਖਾਂ ਦੇ। ਠੀਕ ਆ, ਉਹਨਾਂ ਨੇ ਵਿਖਾਲਣਾ ਵੀ ਇੱਥੇ ਕੋਈ ਨਹੀਂ ਗੇ, ਉਹਨਾਂ ਤੁਰ ਚਲਾ ਜਾਣਾ ਜੀ ਜੀ। ਮੁੜ ਕੇ ਉਸ ਤੋਂ ਇੱਕ ਬਾਅਦ ਸਾਡੇ ਹੈਗਾ ਸੀ ਲਾਗੇ ਪਿੰਡ, ਉੱਥੋਂ ਦਾ ਸੀ ਇੱਕ ਸਿੱਖ ਬਹਾਦਰ ਸਿੰਘ ਵਾਲੇ ਸੀ ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ, ਅੰਮ੍ਰਿਤਸਰ। ਉਹਨੂੰ ਕਿਤੇ ਪਤਾ ਲੱਗ ਗਿਆ ਵੀ ਸਾਡਾ ਪਿੰਡ ਪਿੱਛੋਂ ਫੂ ਦਿੱਤਾ। ਅੱਛਾ, ਅੰਮ੍ਰਿਤਸਰੋਂ, ਅੰਮ੍ਰਿਤਸਰ ਉਹਨੂੰ ਪਤਾ ਲੱਗ ਗਿਆ ਵੀ ਉਹਨਾਂ ਦਾ ਪਿੰਡ ਜਿਹੜਾ। ਆਹੋ, ਉਹ ਸਾਡੇ ਨਾਲ ਸੀ, ਦੋ ਪਿੰਡ ਲਾਗੋ ਲੱਗ ਗਏ, ਇੱਕ ਮਰਬੇ ਦੀ ਵਿੱਚ ਉਹ ਪਿੰਡ ਉਹ ਰਹਿੰਦੇ ਸੀ। ਕਿਹੜਾ ਪਿੰਡ ਸੀ ਉਹਦਾ? ਉਹ ਖੈੜੇ, ਉਹਨਾਂ ਨੂੰ ਆਉਂਦੇ ਸੀ ਪਿੰਡ ਸਾਡੇ ਦੇ ਵਿੱਚੋਂ ਆਇਆ ਸੀ। ਅੱਛਾ, ਉਹ ਲੈਦਾ ਹੋਇਆ ਸੀ। ਆਹੋ, ਉਹ ਫਿਰ ਮੁੜ ਕੇ ਉੱਥੋਂ ਦੋ ਬਦਮਾਸ਼ ਲੈ ਕੇ ਇੱਥੇ ਆ ਗਿਆ ਜਿਹੜਾ ਥਾਣੇਦਾਰ ਸੀ। ਆਹੋ, ਅੱਛਾ, ਹੁਣ ਫਿਰ ਆਣ ਕੇ ਇੱਥੇ ਤੇ ਬੜੇ ਫਜ਼ੂਲ ਮਚਾਏ। ਅੱਛਾ, ਪਹਿਲੇ ਜਦੋਂ ਆਣ ਕੇ ਜਦੋਂ ਪੈਂਦੀ ਸੱਤੇ ਜੈਸੇ ਹੁਣ ਰਾਤ ਨੂੰ ਸਾਡੇ ਉੱਤੇ ਹਮਲਾ ਬਾ ਬੋਲ ਦਿੱਤਾ। ਅੱਛਾ, ਆਪ ਹੀ ਇਕੱਠੇ ਹੋ ਗਏ। ਅੱਛਾ, ਉਹ ਫਿਰ ਮੁੜ ਕੇ ਲੋਕਾਂ ਨੇ ਇਹ ਕੰਮ ਕੀਤਾ ਤੇ ਉਹਨੂੰ ਬਾ ਲਿਆ ਜੀ ਜੀ, ਤੇ ਜਿਹੜਾ ਸੀ ਨਾ ਲੋਕਾਂ ਕੋਲ ਆ ਛੱਲਾ ਲਾ ਕੇ ਛੱਲਾ ਚੱਕ ਵੀ ਜੀ ਜੀ, ਤੇ ਵੀ ਥੱਲਾ ਜੋ ਚੀਜ਼ਾਂ ਸੀ ਨਾ ਹੱਥ ਰੱਖ ਕੇ ਸਾਰਿਆਂ ਲੋਕਾਂ ਨੇ ਜੀ ਜੀ, ਉਹ ਟੂਮ ਥੱਲਾ ਜਿਹੜਾ ਸੀ ਉਹਨੂੰ ਟੋਕਰਾ ਭਰ ਕੇ ਦੇਤਾ ਤੇ ਆਹ ਸਾਡੇ ਕੋਲ ਆਇਆ ਕੋਈ ਜੀ। ਅੱਛਾ, ਉਹਨੂੰ ਲੁੱਟ ਮਾਰ ਵੀ ਕਰਨ ਲੱਗ ਪਏ ਨਾ, ਜਾਣ ਛਡਾਈ ਉਹਦੇ ਕੋਲ ਜੀ ਜੀ। ਅੱਛਾ, ਮੁੜ ਕੇ ਉਸ ਤੋਂ ਬਾਅਦ ਕੋਈ 5-7 ਦਿਨ ਹੋ ਗਏ ਇੱਥੇ ਹਾਲ ਕਰ ਲਿਆ। ਅੱਛਾ, ਫਿਰ ਲੋਕਾਂ ਨੇ ਉਹਨੂੰ ਜੋ ਪੈਸਾ ਚੱਲਿਆ ਸੀ ਉਹ ਵੀ ਉਹਨੂੰ ਦੇ ਦਿੱਤਾ। ਅੱਛਾ, ਪਹਿਲਾਂ ਟੂਮ ਛੱਲਾ ਦਿੱਤਾ, ਜਦ ਦੁਬਾਰਾ ਹਮਲਾ ਕੀਤਾ ਉਦੋਂ ਪੈਸੇ ਵੀ ਦੇ ਕੇ ਖਾਲੀ ਹੋ ਗਏ। ਅਬ ਸਾਨੂੰ ਕੁਛ ਨਾ ਕਹਿ, ਆ ਲੈ ਲੈ ਲਾ ਮੁੜ ਕੇ ਤਾਂ ਹੁਣ ਇੱਧਰ ਆ ਗਿਆ ਨਾ ਗਾਵੀ ਵੱਲ ਜੀ ਜੀ, ਨਾਲ ਉਹ ਬਦਮਾਸ਼ ਹੋਣੇ ਇੱਧਰ ਨੂੰ ਆਣ ਕੇ ਤਬਾਹੀ ਲਾ ਦੇਣੀ, ਲਾ ਕੇ ਕੁੜੀਆਂ ਖਾਣੀਆਂ ਮੁਸਲਮਾਨ ਵਾਲੀਆਂ ਬੱਚੀਆਂ। ਅੱਛਾ, ਕਿਸੇ ਨੇ ਆਖਣਾ ਮੇਰਾ ਪਿਓ ਮਾਰਤਾ, ਕਿਸੇ ਨੇ ਆਖਣਾ ਮੇਰਾ ਪੁੱਤ ਮਾਰਤਾ, ਕਿ 35-35 ਰੁਪਏ ਦੀਆਂ ਜਾਣੀਆਂ ਵੇਚਣੀਆਂ ਸ਼ੁਰੂ ਕਰਤੀਆਂ ਵੀ ਮੇਰੇ ਰਾਜ ਦੇ ਵਿੱਚ ਕੋਈ ਸਿੱਖ ਰੰਦਾ ਨਾ ਲੈ ਜੇ। ਅੱਛਾ, ਕੀ ਨਾਂ ਕੀ ਸੀ ਉਹਦਾ? ਸਿੰਘ, ਬਹਾਦਰ ਸਿੰਘ। ਅੱਛਾ, ਉਹ ਇੰਨਾ ਹੁਣ ਜ਼ੁਲਮ ਕਰਨ ਲੈ ਪਿਆ ਜੀ ਜੀ, ਅਖੀਰ ਜੀ ਕਰਦਿਆਂ ਕੱਟਦਿਆਂ ਕੀ ਫਿਰ ਸਾਨੂੰ ਉੱਥੇ ਇੱਕ ਮਹੀਨਾ ਹੀ ਗੁਜ਼ਰ ਗਿਆ ਜੀ ਜੀ ਉੱਥੇ, ਯਾਨੀ 14 ਅਗਸਤ ਤੋਂ ਬਾਅਦ ਮਹੀਨਾ ਲੰਘ ਗਿਆ। ਬਾਹਰ ਲੰਘ ਗਿਆ ਹਾਂਜੀ। ਇੱਕ ਸਿਪਾਹੀ ਸੀ ਉਹਦਾ ਹੀ, ਉਹ ਚਾਚੇ ਦਾ ਪੁੱਤ ਭਰਾ ਸੀ ਉਹਦਾ ਹੀ, ਬਹਾਦਰ ਸਿੰਘ ਦਾ। ਆਹੋ, ਅੱਛਾ, ਉਹ ਸਿਪਾਹੀ ਸੀ। ਅੱਛਾ, ਉਹ ਸਾਡਾ ਖੈਰ ਖਾ ਸੀ।
ਅੱਛਾ ਉਹ ਪਹਿਲੇ ਬਟਾਲੇ ਗਿਆ ਸੀ ਸਾਡੇ ਦੇ ਦਰਖਾਸਤ ਦੇਣ ਉੱਥੇ ਭੇਜਣਾ ਮੁਸਲਮਾਨਾਂ ਮੇਰੇ ਕੋਲ ਸਾਡੇ ਮਿਲਟਰੀ ਕੋਲ ਅਤੇ ਬਲਕਿ ਉਹਨੇ ਸਭ ਗੋਲੀ ਮਾਰ ਦੇਣ ਲੱਗੇ ਅੱਛਾ ਉੱਥੇ ਉਹਨੂੰ ਹੱਥ ਖੜਾ ਕੀਤਾ ਉਹਨੇ ਆਖਿਆ ਵਿਆਹ ਸਾਂ ਉਹਨੇ ਦਰਖਾਸਤ ਦਿੱਤੀ ਵੀ ਮੇਰੇ ਕੋਲ 250-300 ਮੁਸਲਮਾਨ ਆ ਉੱਥੇ ਤੋਂ ਉਹਨੂੰ ਹਫਾਜ਼ਤ ਚਾਹੀਦੀ ਆ ਲਿਆਓ ਹਫਾਜ਼ਤ ਨਾਲ ਜੀ ਜੀ ਫਿਰ ਉਹ ਗੁਰਦਾਸਪੁਰ ਗਿਆ ਉੱਥੇ ਜਾ ਕੇ ਹੁਣ ਫਿਰ ਇਹੋ ਗੱਲ ਕੀਤੀ ਉਹਦੇ ਨਾਲ ਫਿਰ ਨਹੀਂ ਹੋ ਗਿਆ ਅੱਛਾ ਉਹਦੇ ਕੋਲ ਵਿਚਾਰੇ ਕੋਈ ਕੋਈ ਸ਼ਾਇ ਨਹੀਂ ਸੀ ਸਿਪਾਹੀ ਸੀ ਸਿਵਲ ਜੀ ਜੀ ਉਹ ਫਿਰ ਅਖੀਰ ਟੱਲੇ ਮਾਰ ਕੇ ਨਾ ਜੀ ਜੀ ਉਹ ਵਿਚਾਰਾ ਬਹਿ ਗਿਆ ਅੱਛਾ ਕੋਈ ਪੇਸ਼ ਨਾ ਗਈ ਜੀ ਜੀ ਇਹਦੇ ਫਿਰ ਅਖੀਰ ਕਿਸਾ ਕੁਝ ਦਿਲ ਚ ਪਿੰਡ ਦੀਆਂ ਬੱਚੀਆਂ ਸੀ ਜ਼ਿਮੀਂਦਾਰਾਂ ਦੀਆਂ 3-4 ਜਵਾਨ ਹਾਂਜੀ ਇਹ ਉਹਨਾਂ ਦੇ ਬੇਈਮਾਨ ਹੋ ਗਿਆ ਸਾਨੂੰ ਤਿਆਰ ਕਰ ਲਿਆ ਅੱਛਾ ਤੁਹਾਨੂੰ ਮੈਂ ਬਟਾਲੇ ਛੱਡ ਆਉਣਾ ਅੱਛਾ ਤੇ ਤੁਸੀਂ ਤਿਆਰੀ ਕਰ ਲਓ ਅੱਛਾ ਇਹ ਬਹਾਦਰ ਸਿੰਘ ਆਹੋ ਅੱਛਾ ਵਿੱਚ ਇਹਦੇ ਆਏ ਸੀ ਗਾਂ ਜਾ ਕੇ ਇਹਨਾਂ ਨੂੰ ਉੱਥੇ ਨਹਿਰ ਹੁੰਦੀ ਵੱਡੀ ਉੱਥੇ ਜਾ ਕੇ ਉਹਨੂੰ ਪੂਰਾ ਪੂਰਾ ਕਰਨਾ ਸੀ ਬੱਚੀਆਂ ਖੋਲੀਆਂ ਪਿਛਾਂ ਚਲੇ ਜਾਣਾ ਸੀ ਜੀ ਜੀ ਸਾਨੂੰ ਉਸੇ ਛੱਡ ਜਾਣਾ ਸੀ ਜੀ ਜੀ ਉਹਦੇ ਦਿਲ 'ਚ ਅਸਰ ਆਉਂਦਾ ਸੀ ਬੇਈਮਾਨ ਹੋ ਗਿਆ ਬੇਈਮਾਨ ਹੋ ਗਿਆ ਹਾਂਜੀ ਉਹ ਫਿਰ ਮੁੜ ਕੇ ਕੁਦਰਤ ਮੌਲਾ ਦੀ ਉਹ ਜਿਹੜੀ ਪਹਿਲੀ ਉਹਦੀ ਦਰਖਾਸਤ ਸੀ ਨਾ ਬਟਾਲੇ ਵਾਲੀ ਉਹ ਸਿਪਾਹੀ ਦੀ ਜੀ ਜੀ ਉਹ ਮਨਜ਼ੂਰ ਹੋ ਗਈ ਅੱਛਾ ਉਹਦੇ ਨੂੰ ਅਸਾਂ ਲੋਕਾਂ ਨੇ ਨਾ ਆਪਣਾ ਇੰਤਜ਼ਾਮ ਕੀਤਾ ਕਿਸੇ ਨੇ ਦਾਣੇ ਬਣਾ ਕੇ ਕੋਠੜੇ 'ਤੇ ਬਣਾ ਲਏ ਕਿਸੇ ਨੇ ਪੰਜੀਰੀ ਬਣਾ ਲਈ ਕਿਸੇ ਨੇ ਕੁਝ ਕਰ ਲਿਆ ਇੱਥੇ ਆਪਣਾ ਵੀ ਹੁਣ ਕੀ ਪਤਾ ਕਿੱਧਰ ਨੂੰ ਜਾਣਾ ਅਤੇ ਕਿੱਧਰ ਨੂੰ ਨਹੀਂ ਜਾਣਾ ਜੀ ਹਾਂ ਉਧਰੋਂ ਫਿਰ ਕੋਈ ਉਧਰੋਂ ਤਿਆਰੀ ਕਰਨ ਦੇ 12 ਦਾ ਟਾਈਮ ਹੋ ਗਿਆ ਅਤੇ ਉਧਰੋਂ ਫਿਰ ਨੀਚੇ ਯੋਗਲਾ ਚਲੀ ਗਈ ਸਾਡੀ ਅੱਛਾ 12 ਵਜੇ ਦਿਨ ਦੇ ਹਾਂ ਇੱਕ ਵਜੇ ਠੀਕ ਆ ਉਧਰੋਂ ਤਿਆਰੀ ਜੀ ਹੋਣ ਦੀ ਤੁਸੀਂ ਤਿਆਰੀ ਕਰ ਲਈ ਹੋਈ ਸੀ ਅਤੇ ਉਧਰੋਂ ਮਿਲਟਰੀ ਸਾਡੀ ਚਲੀ ਗਈ ਅੱਛਾ ਉਹਨਾਂ ਨੇ ਫਿਰ ਉਹਨੂੰ ਪੁੱਛਿਆ ਉਹਦਾ ਨਾਮ ਸ਼ੁਰੂ ਸਿੰਘ ਉਹ ਕਿੱਥੇ ਆ ਜੀ ਜੀ ਉਹ ਪੱਜਾ ਚਲਿਆ ਆ ਉਹਨਾਂ ਆਖਿਆ ਜੀ ਹਾਜ਼ਰ ਉਹਨਾਂ ਆਖਿਆ ਇੰਨਾ ਬੰਦਾ ਸਾਨੂੰ ਦੇ ਹਾਂਜੀ ਉਹਨਾਂ ਆਖਿਆ ਜੀ ਇਸ ਵਕਤ ਇੱਥੇ ਹਾਜ਼ਰ ਆ ਅਤੇ ਕੱਲ੍ਹ ਨੂੰ ਕੋਈ ਪਤਾ ਨਹੀਂ ਸੀ ਹਾਲ ਅੱਛਾ ਜਿਹੜਾ ਉਹ ਤੁਹਾਡੀ ਹਿਫਾਜ਼ਤ ਕਰਦਾ ਸੀ ਉਹਦੇ ਕੋਲ ਪੁੱਛਿਆ ਵੀ ਲਿਆਓ ਵੀ ਬੰਦੇ ਲਿਆ ਬੰਦੇ ਕਿੱਥੇ ਅੱਛਾ ਹੁਣ ਫਿਰ ਮੁੜ ਕੇ ਜਦੋਂ ਅਸੀਂ ਤੁਰਨ ਲੱਗੇ ਹੁਣ ਸਭ ਕੋਲੋਂ ਜੇਬ 'ਚੋਂ 500 ਰੁਪਈਆ ਦਿੱਤਾ ਵੀ ਆ ਲਓ ਕਿਤੇ ਬੰਨ ਕੇ ਪਾਣੀ ਕਾਣੀ ਪੀ ਲਿਆ ਅੱਛਾ ਤੁਰਨ ਲੱਗਿਆ ਠੀਕ ਆ ਸਾਨੂੰ ਫਿਰ ਮੇਟੀ ਨੇ ਉੱਥੋਂ ਤੋੜ ਲਿਆ ਅੱਛਾ ਇੱਥੇ ਬਟਾਲੇ ਲੈਣ ਦਾ ਬਟਾਲੇ ਫਿਰ ਅਸੀਂ ਰਹੇ ਮਹੀਨਾ ਕੈਂਪ 'ਚ ਕੈਂਪ 'ਚ ਅੱਛਾ ਇੱਥੋਂ ਫਿਰ ਮੁੜ ਕੇ ਪਹਿਲਾਂ ਕਾਫਲਾ ਨਾ ਤੋੜਿਆ ਪਿੰਡੋਂ ਤੁਸੀਂ ਤੁਰ ਕੇ ਹੀ ਆਏ ਬਟਾਲੇ ਤੋੜ ਕੇ ਲਿਆਏ ਤੋੜ ਕੇ ਲਿਆਏ ਅੱਛਾ ਕੋਈ ਮਾਲ ਡੰਗਰ ਮਾਲ ਡੰਗਰ ਖਤਮ ਕੇ ਮਾਲ ਡੰਗਰ ਨੂੰ ਕਿੱਥੇ ਅੱਛਾ ਨਾ ਹਰ ਚੀਜ਼ ਛੱਡ ਕੇ ਅੱਛਾ ਸਮਾਨ ਥੋੜ੍ਹਾ ਥੋੜ੍ਹਾ ਜਿਹੜਾ ਕਿ ਕੋਈ ਚੁੱਕਿਆ ਜਾਂਦਾ ਚੁੱਕ ਲਿਆ ਖਾਣ ਪੀਣ ਵਾਲਾ ਛੋਲੇ ਹੋਰ ਕੀ ਉੱਥੋਂ ਹਰ ਚੀਜ਼ ਭਾਂਡਾ ਡੀਂਡਾ ਉਹ ਮਾਰਿਆ ਜੀ ਜੀ ਮੁੜ ਕੇ ਫਿਰ ਅਸੀਂ ਉੱਥੋਂ ਇੱਥੇ ਰਹੇ ਬਟਾਲੇ ਜੀ ਜੀ ਬਟਾਲਿਓਂ ਫਿਰ ਇੱਕ ਕੰਮ ਪਹਿਲੇ ਆਇਆ ਸੀ ਜੀ ਜੀ ਸਾਥੋਂ ਜੀ ਜੀ ਉਹ ਬਹੁਤ ਭਾਰਾ ਕੰਮ ਪਾਇਆ ਅੱਛਾ ਪਹਿਲਾਂ ਕੰਮ ਚਲੇ ਆਏ ਸੀ ਬੁੱਚੜ ਕਲਾਂ ਰੋਡ ਦੇ ਅੱਛਾ ਬਟਾਲੇ ਦੇ ਜੀ ਜੀ ਉਹਨਾਂ ਕੋਲ ਅਸਲਾ ਸੀ 8 ਬੰਦੂਕਾਂ ਸੀ ਉਹਨਾਂ ਦੀ ਆਪਣੀਆਂ ਉਹ ਹਫਾਜ਼ਤ ਨਾਲ ਲਿਆਏ ਸੀ ਉਹ ਆਪਣੇ ਹਫਾਜ਼ਤ ਦੇ ਨਾਲ ਉਹਨਾਂ ਨੇ ਪਹਿਲਾਂ ਕਾਫਲਾ ਲਿਆਂਦਾ ਪਾਕਿਸਤਾਨ 'ਚ ਇੱਧਰ ਗੁਰੂ ਨਾਨਕ ਦੇ ਡੇਰੇ ਵਾਲੇ ਕੋਲ ਲਗਾਤਾ ਜੀ ਜੀ ਦੂਸਰਾ ਕਾਫਲਾ ਜਿਹੜਾ ਸੀ ਉਹ ਤੋਰਿਆ ਇਹਨਾਂ ਨੇ ਮਿਲਜੀ ਨੇ ਤੁਹਾਡੇ ਨਾਲ ਸੀ ਸਾਡੇ ਨਾਲ ਜਿਹੜਾ ਜੀ ਬਹੁਤ ਵੱਡਾ ਕਾਫਲਾ ਰਾਤ ਵੇਲੇ ਉਹ ਰਾਹ ਦੇ ਵਿੱਚ ਅਸੀਂ ਰਹੇ ਸਾਈਕਲ ਉੱਥੇ ਅਜਾਰ ਜੰਗਲ ਬਈਆ ਬਾਨ ਜੀ ਜੀ ਰਾਤ ਹੋ ਗਈ ਅਤੇ ਸਾਡੀ ਜਿਹੜੀ ਮਿਲਟਰੀ ਸੀ ਖਾਣਾ ਆਪਣੇ ਜਾ ਕੇ ਕਣਕ 'ਚੋਂ ਖਾਂਦੇ ਸੀ ਅੱਛਾ ਕੋਈ ਸ਼ਾਇਦ ਖਾਂਦੇ ਪੀਂਦੇ ਨਹੀਂ ਸੀ ਜੀ ਜੀ ਇਹਨਾਂ ਲਾਤੀਆਂ ਖੂਹਾਂ 'ਚ ਜ਼ਹਿਰ ਪਾ ਦਿੱਤੇ ਬਹੁਤ ਮੁਸ਼ਕਲਾਂ ਹੱਲ ਇਹਨਾਂ ਨੇ ਕੀਤੀਆਂ ਸੀ ਜੀ ਜੀ ਉੱਥੇ ਫਿਰ ਰਾਤ ਅਸੀਂ ਰਹੇ ਸਵੇਰ ਨੂੰ ਅਗਲੇ ਜਾਣਾ ਸੀ ਲੰਘਣਾ ਸੀ ਕੋਲ ਅਜੇ 5-6 ਮਿੰਟ ਰਹਿੰਦਾ ਸੀ ਜੀ ਜੀ ਅਤੇ ਹਨੇਰਾ ਹੋ ਗਿਆ ਅਤੇ ਇਹ ਫਿਰ ਆਖਣ ਲੱਗੇ ਜਿਹੜੀ ਸਿੱਖਾਂ ਦੀ ਮਿਲਟਰੀ ਸੀ ਨਾ ਸਿੱਖ ਬਹੁਤ ਉਹ ਇਕੱਠਾ ਹੋਇਆ ਸੀ ਆਸੇ ਪਾਸੇ ਤੁਹਾਨੂੰ ਮਾਰਨ ਵਾਸਤੇ ਆਹੋ ਉਹਨਾਂ ਦਾ ਇਹੋ ਕੰਮ ਸੀ ਉਹ ਫਿਰ ਮਿਲਟਰੀ ਜਿਹੜੀ ਸੀ ਉਹਨਾਂ ਨੂੰ ਆਖਣ ਲੱਗੇ ਸਾਡੀ ਮਿਲਟਰੀ ਨੂੰ ਵੀ ਤੁਸੀਂ ਜਾਓ ਅਤੇ ਤੁਸੀਂ ਜਾ ਕੇ ਆਪਣੇ ਤੁਹਾਨੂੰ ਦੇਰ ਹੋ ਗਈ ਰੋਟੀ ਤੁਸੀਂ ਲੰਗਰ ਖਾਣੀ ਅਤੇ ਅਸੀਂ ਬਾਪ ਆਪਸ ਇਹਨਾਂ ਨੂੰ ਲੰਘਾ ਦੇਵਾਂਗੇ ਅੱਛਾ ਜਿਹੜੀ ਉਹ ਸਿੱਖਾਂ ਦੀ ਮਿਲਟਰੀ ਸੀ ਜੀ ਜੀ ਉਹ ਵਿਚਾਰੇ ਜੇ ਪਟਦੇ ਨੇ ਨਾ ਤਾਂ ਸਾਡੇ ਤਾਂ ਛੁੱਟ ਹੋ ਗਈ ਅੱਛਾ ਉਹਨਾਂ ਕਰਤੀ ਸਿੱਖਾਂ ਨੇ ਵਿੱਚ ਹੀ ਉਹ ਆਮ ਅਤੇ ਵਿੱਚ ਹੀ ਉਹ ਮਿਲਟਰੀ ਉੱਥੇ ਫਿਰ ਸਮਝ ਲਓ ਉਹਨਾਂ ਨੇ ਕੋਈ ਅਜੇ ਨੇੜੇ ਜਾਂਦੇ ਸੀ ਅਤੇ ਉਹਨਾਂ ਨੇ ਪਿੱਛੋਂ ਬੰਦੂਕਾਂ ਦੇ ਫੈਰ ਸੁਣੇ ਨਾ ਉਹ ਜਿਹੜਾ ਮਿਲਟਰੀ ਮੁਸਲਮਾਨ ਮਿਲਟਰੀ ਜਿਹੜੀ ਵਾਪਸ ਜਾ ਰਹੀ ਸੀ ਵਾਪਸ ਜਾ ਰਹੀ ਉਹਨਾਂ ਨੇ ਫੈਰ ਦੀ ਉਹਨਾਂ ਦੇ ਫੈਰਾਂ ਦੀ ਅਸੀਂ ਸੁਣੀ ਨਾ ਉਹ ਫਿਰ ਪਲਟ ਕੇ ਉਸ ਤਰ੍ਹਾਂ ਚਲੇ ਗਏ ਅੱਛਾ ਉਹ ਫਿਰ ਉਹਨਾਂ ਨੇ ਉਹਨਾਂ ਫਿਰ ਨਹੀਂ ਵੇਖਿਆ ਨਾ ਕੋਈ ਮਿਲਟਰੀ ਰਹਿ ਗਿਆ ਨਾ ਕੋਈ ਸਿੱਖ ਫਿਰ ਉਹਨਾਂ ਲਾਹ ਦਵਾਈਆਂ ਦਿੱਤੀਆਂ ਅੱਛਾ ਚੰਗੇ ਉਹਨਾਂ ਨੇ ਫਿਰ ਉਹਨਾਂ ਨੇ ਵੀ ਆਪਣੀ ਠੱਠਾਲ ਬਚਾਈ ਜੀ ਜੀ ਬਾਅਦ ਫਿਰ ਮੁੜ ਕੇ ਸਾਨੂੰ ਉਹ ਪੁਲ ਨਗਾ ਕੇ ਡੇਰੇ ਵਾਲਾ ਜੀ ਜੀ ਇੱਧਰ ਜੱਸੜ ਰੋਲੀ ਆ ਗਏ ਅਸੀਂ ਉਹ ਆਪਣੀ ਵਿਚਾਰੀ ਵਾਪਸ ਚਲੇ ਨਹੀਂ ਉਹ ਜਦੋਂ ਫਾਇਰਿੰਗ ਕੀਤੀ ਉਹਨਾਂ ਨੇ ਉਦੋਂ ਅੱਛਾ ਹਾਂ ਉਹਨਾਂ ਜਿੰਨੇ ਕੁ ਸਾਡੇ ਮਰੇ ਸੀ ਉਹਨੇ ਉਹਨਾਂ ਨੇ ਉਹਨਾਂ ਦੇ ਦਵਾਈ ਜਿੰਨੇ ਜਿੰਨੇ ਉਹ ਇਕੱਠੇ ਹੋਏ ਸੀ ਫਿਰ ਉਹ ਦੇ ਕੇ ਰਹੀ ਗਏ ਜੀ ਜੀ
ਪਹਿਲਾਂ ਤੁਹਾਡਾ ਨੁਕਸਾਨ ਜਿੰਨਾ ਹੋਇਆ ਕੀਤਾ ਸੀ ਉਹ ਮਤਲਬ ਬਦਲਾ ਉਹਨਾਂ ਨੇ ਉਹਦਾ ਲਿਆ ਲੈ ਲਿਆ। ਅੱਛਾ, ਇਨਕਲਾਬ ਦੇ ਵਿੱਚ ਸਾਡੇ ਨਾਲ ਹਾਲਾਤ ਹੋਇਆ ਜੀ। ਪਾਕਿਸਤਾਨ ਦਾਖਲ ਹੋ ਗਏ, ਪਾਕਿਸਤਾਨ ਚਲੇ ਗਏ, ਜਸਰ ਦੇ ਹੀ ਲਾਗੇ ਉੱਥੇ ਰਹੇ ਹਾਂ ਅਸੀਂ 8 ਦਿਨ। ਅੱਛਾ, ਇਹ ਆ ਕਿ ਉਹ ਗੱਡੀ ਉੱਥੇ ਜਾਂਦੀ ਸੀ, ਮੁੜ ਕੇ ਗੱਡੀ ਨਹੀਂ ਜਾਂਦੀ ਕਿਉਂਕਿ ਲੋਕ ਲਾਗੇ ਬਾਰਡਰ ਤੇ ਰਹਿੰਦੇ ਨਹੀਂ ਸੀ। ਹਾਂਜੀ, ਜਿਹੜੇ ਅਸੀਂ ਮਾਦਰ ਉਧਰ ਆਉਂਦੇ ਸਨ, ਹਾਂਜੀ, ਉਹ ਅਸੀਂ ਲੋਕ ਫਿਰ ਉੱਥੇ ਬਾਰਡਰ ਤੋਂ ਡਰਦੇ ਲਾਗੇ ਰਹਿੰਦੇ ਨਹੀਂ ਸਨ ਅਤੇ ਗਾਹੋਂ ਦੇਖਦਾ ਗੱਡੀ ਨਹੀਂ ਜਾਂਦੀ ਅਤੇ ਲੋਕ ਇੱਥੇ ਲਾਗੇ ਬਾਰਡਰ 'ਤੇ ਰਿਹਾਇਸ਼ ਕਰਦੇ ਜੀ ਜੀ। ਉਹ ਫਿਰ 8 ਦਿਨ ਰਹੇ, 6 ਦਿਨ ਗੱਡੀ ਗਈ, ਉੱਥੇ ਬਹਿ ਕੇ ਫਿਰ ਅਸੀਂ ਇੱਥੇ ਫੈਸਲਾਬਾਦ ਸਾਂਗਲੇ ਉੱਥੇ ਸਾਡੇ ਰਿਸ਼ਤੇਦਾਰ ਸੀ ਸੁੱਖੀ ਮੇਰੀ ਜੀ ਜੀ ਪਹਿਲੇ ਲੋਕਲ ਜੀ ਜੀ ਉਹਨਾਂ ਕੋਲ ਆ ਕੇ ਮੁੜ ਕੇ ਉੱਥੇ ਆਇਆ ਤੇ ਮੁੜ ਕੇ ਆ ਸਾਡੀ ਬਰਾਦਰ ਸੀ ਇੱਥੇ ਆ ਰੂਗਾਸਤਾ ਸੀ ਜੀ ਜੀ ਮੇਰੇ ਚਾਚੇ ਤਾਏ ਪਹਿਲੇ ਦਾਦਾ ਲੋਕਲ ਵਕਤ ਦੇ ਯਾਰ ਜੋ ਆ ਬਾਤ ਹੋਈ ਆ ਬਾਹਰ ਉਦੋਂ ਦੇ ਪਹਿਲਾਂ ਦੇ ਉਦੋਂ ਦੇ ਸੀ ਜੀ ਜੀ ਬਾਅਦ ਮੁੜ ਕੇ ਜਾ ਕੇ ਸਾਨੂੰ ਇੱਥੇ ਰੂਬੇ ਲਾਏ 88 ਰੂਬੇ। ਅੱਛਾ, ਅਤੇ ਉੱਥੇ ਤੁਸੀਂ ਰਹਿਣ ਲੱਗ ਪਏ? ਹਾਂ, ਇੱਥੇ ਫਿਰ ਆਪਣੇ ਰਹਿਣ ਲੱਗ ਪਏ, ਆਪਣੇ ਕਾਰੋਬਾਰ ਜਿਹੜਾ ਸੀ। ਅੱਛਾ, ਅਤੇ ਗੱਲ ਇਹ ਦੱਸੋ ਵੀ ਜਦੋਂ ਫਿਰ ਤੁਸੀਂ ਕਾਫਲੇ 'ਚ ਆਏ, ਹਾਂਜੀ, ਅਤੇ ਤੁਹਾਡੇ ਫੈਮਿਲੀ ਦੇ ਕਿਸੇ ਮੈਂਬਰ ਫੈਮਿਲੀ ਦੇ ਘਰ ਦੇ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਸਾਡਾ ਸਹੀ ਸਲਾਮਤ ਆ, ਬਿਲਕੁਲ ਸਹੀ। ਅੱਛਾ, ਅਤੇ ਬਾਅਦ 'ਚ ਨਹੀਂ ਕਦੇ ਗਏ ਇੰਡੀਆ ਵੇਖਣ? ਨਾ ਨਾ ਨਾ, ਪਿੰਡ ਦਿਲ ਕਰਦਾ? ਦਿਲ ਤਾਂ ਕਰਦਾ ਬਣਾਉਂਦੇ। ਅੱਛਾ, ਕੀ ਵੇਖਣਾ ਉੱਥੇ ਜਾ ਕੇ, ਪਰੇਸ਼ਾਨੀ ਆ। ਅਤੇ ਖਾਬ 'ਚ ਵੀ ਆ ਜਾਂਦਾ ਹੋਣਾ ਪਿੰਡ? ਖਾਬ 'ਚ ਜੋ ਨਜ਼ਰ 'ਚੋਂ ਫਿਰਦਾ ਖਾਬ ਦੇ ਦਰਕਨਾਰ ਆ। ਅੱਛਾ, ਹਰ ਚੀਜ਼ ਉਹ ਨਜ਼ਰ ਆਉਂਦੀ ਆ। ਨਹੀਂ ਤਾਂ ਜੇ ਕੋਈ ਤੁਹਾਨੂੰ ਉੱਧਰ ਬੁਲਾਵੇ ਵੀ ਆਪਣਾ ਪਿੰਡ ਵੇਖ ਜਾਓ? ਨਹੀਂ, ਕਿਹਨੇ ਬੁਲਾਉਣਾ ਮਤਲਬ? ਨਹੀਂ ਸੀ ਪਤਾ, ਤੁਹਾਡੇ ਯਾਰ ਬੇਲੀ ਸੀ? ਨਹੀਂ, ਯਾਰ ਬੇਲੀ ਸਭ ਖਤਮ ਹੋ ਗਏ ਕਿ ਹੁਣ ਅੱਜ ਕੱਲ੍ਹ ਉਮਰ ਆ, ਹੁਣ ਤੁਹਾਨੂੰ ਪਤਾ ਕੰਮ ਸੌਖਾ ਮੈਂ 95-96 ਸਾਲ ਦੀ ਉਮਰ ਹੋ ਚੱਲੀ ਹੈ ਜੀ ਜੀ, ਅਤੇ ਹੁਣ ਉਦੋਂ ਦੇ ਬੰਦੇ ਕਿਹੜੇ ਕੋਈ ਕਿਤੇ ਰਹਿ ਗਿਆ? ਨਹੀਂ, ਕੀ ਪਤਾ ਉਹਨਾਂ ਦੀ ਹਾਲਾਤ, ਤੁਹਾਡੇ ਯਾਰਾਂ ਬੇਲੀਆਂ ਦੀ ਤੁਹਾਨੂੰ ਆਖੇ ਵੀ ਸਾਨੂੰ ਮਿਲ ਜਾਓ ਅਤੇ ਜਾਓਗੇ ਮਿਲਣ ਵਾਸਤੇ? ਜੇ ਸੱਦੇ ਕੋਈ ਚਲੇ ਜਾਂਗੇ। ਵਾਹ ਜੀ ਵਾਹ, ਸਹੀ ਆ, ਕੋਈ ਸੱਦੇ ਤਾਂ ਜਾਣੀ ਤਿਆਰ ਆ, ਸਾਡਾ ਜੀ ਨਹੀਂ ਕਰਦਾ ਆਖ ਲਓ ਉੱਥੇ ਜਮੇ ਪਲੇ ਆ। ਹਾਂ, ਨਹੀਂ ਦਿਲ 'ਤੇ ਕਰਦਾ, ਦਿਲ 'ਤੇ ਕਰਦਾ। ਅਤੇ ਗੱਲ ਇਹ ਦੱਸੋ ਵੀ ਫਰਜ਼ ਕਰੋ, ਫਰਜ਼ ਨਹੀਂ ਕਰੋ ਬਲਕਿ ਇਹ ਜਿਹੜੀ ਤੁਹਾਡੀ ਗੱਲਬਾਤ ਰਿਕਾਰਡ ਹੋ ਰਹੀ ਹੈ ਨਾ, ਇਹ ਉੱਧਰ ਕਾਲਾ ਗਰਾਇਆਂ ਦੇ ਲੋਕਾਂ ਨੇ ਵੇਖਣੀ ਆ। ਅੱਛਾ, ਹਾਂਜੀ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਕਾਲਾ ਗਰਾਇਆਂ ਦੇ ਲੋਕਾਂ ਨੂੰ, ਰਹਿਣ ਵਾਲਿਆਂ ਨੂੰ ਕੋਈ ਪਿਆਰ ਮੁਹੱਬਤ ਦਾ ਜਾਂ ਕੋਈ ਸੁਨੇਹਾ ਦਿਓ? ਬਸ ਉਹਨਾਂ ਨੂੰ ਦੁਆ ਖਿਲਾਉਣੀ ਹੈ। ਅੱਛਾ, ਬਸ ਬਸ ਦੁਆ ਹੀ ਹੈ ਵੀ ਰਾਜ਼ੀ ਰਹੋ, ਅੱਲਾਹ ਤੁਹਾਨੂੰ ਬਾਹਰ ਰੱਖੇ। ਠੀਕ ਹੋ ਗਿਆ, ਠੀਕ ਆ ਜੀ। ਲਓ ਜੀ, ਅਸੀਂ ਇਹ ਬਜ਼ੁਰਗਾਂ ਨਾਲ 1947 ਦੀ ਵੰਡ ਦੇ ਹਵਾਲੇ ਨਾਲ ਗੱਲਬਾਤ ਕੀਤੀ, ਇਹਨਾਂ ਨੂੰ ਪੁੱਛਿਆ ਕਿ ਇਹਨਾਂ ਦਾ ਸਫ਼ਰ ਕੈਸਾ ਰਿਹਾ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਵੇਂ ਬਜ਼ੁਰਗਾਂ ਨਾਲ ਮਿਲਾਵਾਂਗੇ। ਯੂਟਿਊਬ ਚੈਨਲ ਪੰਜਾਬ ਰੰਗ ਦੀ ਟੀਮ ਨੂੰ ਹੁਣ ਇਜਾਜ਼ਤ ਦਿਓ, ਰੱਬ ਰੱਖ।